ਪੀਣ ਵਾਲੇ ਪਾਣੀ ਦੀ ਕਿੱਲਤ ਕਾਰਨ ਲੋਕਾਂ ਵਿੱਚ ਹਾਹਾਕਾਰ। ਇੱਕ ਪਾਸੇ ਸੱਤਾਧਾਰੀ ਬਲਾਚੌਰ ਸ਼ਹਿਰ ਦੀ ਕਾਇਆਕਲਪ ਕਰਨ ਦੀ ਵਚਨਬੱਧਤਾ ਪ੍ਰਗਟਾ ਰਹੇ ਹਨ, ਪਰ ਇਸ ਦੇ ਉਲਟ ਨਗਰ ਕੌਂਸਲ ਬਲਾਚੌਰ ਦੇ ਕੁਝ ਵਾਰਡ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਹਨ। ਹੋਰ ਤਾਂ ਹੋਰ, ਵਾਰਡ ਨੰਬਰ 2 ਅਤੇ 3 ਦੇ ਕੁਝ ਮੁਹੱਲਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਇੱਥੋਂ ਦੇ ਲੋਕਾਂ ਵਿੱਚ ਹਾਹਾਕਾਰ ਮਚੀ ਹੈ। ਇੱਕ ਹਫ਼ਤਾ ਹੋ ਗਿਆ ਜੀ ਸਾਨੂੰ ਪਾਣੀ ਤੇ, ਬਹੁਤ ਪਰੇਸ਼ਾਨ ਹੋਏ ਹੋਏ ਆ ਜੀ। ਪਾਣੀ ਦੀ ਇੰਨੀ ਉਰਤ ਸਾਡੇ ਔਖੀ ਹੋਈ ਵੀ ਹੈ ਜੀ, ਬਿਲਕੁਲ ਪੀਣੇ ਨੂੰ ਵੀ ਪਾਣੀ ਨਹੀਂ ਹੈ ਸਾਡੇ ਕੋਲ ਤਾਂ। ਖਰਾਬ ਹੋ ਰਹੀ ਆ, ਬੱਚੇ ਤਾਂ ਤੜਫ ਰਹੇ ਸਾਡੇ, ਅਸੀਂ ਆਪ ਤੜਫੀ ਦਾ, ਨਾ ਨਹਾਉਣ ਨੂੰ ਪਾਣੀ ਮਿਲਦਾ ਨਾ ਕੱਪੜੇ ਧੋਣ ਨੂੰ ਪਾਣੀ ਮਿਲਦਾ ਇੱਥੇ। ਇੱਕ ਹਫ਼ਤਾ ਪੂਰਾ ਹੋ ਗਿਆ, ਠੀਕ ਹੈ ਨਾ। ਦੇਖੋ ਬਾਲਟੀਆਂ, ਦੇਖੋ ਸਵੇਰ ਦੀ ਰੱਖੀਆਂ ਪਾਣੀ ਵੀ ਆਊਗਾ ਆਊਗਾ, ਪਾਣੀ ਦਾ ਮਤਲਬ ਹੀ ਨਹੀਂ ਵੀ ਪਾਣੀ ਆ ਜਾਊਗਾ ਸਾਡੇ ਘਰ 'ਚ। ਜੋ ਟਿਊਬਵੈੱਲ ਸਾਡਾ ਵਾਟਰ ਸਪਲਾਈ ਦਾ ਵਾਰਡ ਨੰਬਰ 2 ਦੇ ਵਿੱਚ ਲੱਗਿਆ ਹੋਇਆ, ਉਹਦਾ ਵਾਟਰ ਲੈਵਲ ਡਾਊਨ ਹੋਣ ਦੇ ਕਾਰਨ ਉਹਦਾ ਪਾਣੀ ਘੱਟ ਗਿਆ ਹੈਗਾ। ਇਸ ਕਰਕੇ ਵਾਰਡ ਵਾਸੀਆਂ ਨੂੰ, ਸਾਡੇ ਉਸ ਟਿਊਬਵੈੱਲ ਦੇ ਉੱਪਰ 3-4 ਵਾਰਡ ਨੂੰ ਪਾਣੀ ਜਾ ਰਿਹਾ, ਉਹਦੀ ਸਮੱਸਿਆ ਜ਼ਿਆਦਾ ਹੈ। ਇਹਦੀ ਸਮੱਸਿਆ ਹੱਲ ਜਲਦੀ ਜਲਦੀ ਕਰਾ ਰਹੇ ਹਾਂ। ਅੱਜ ਸਾਡੀ ਮੀਟਿੰਗ ਸੀਗੀ, ਮੀਟਿੰਗ ਸੀ, ਪ੍ਰਧਾਨ ਜੀ ਨੇ ਇਹੀ ਕਿਹਾ ਕਿ ਟਿਊਬਵੈੱਲ ਦੀ ਸਮੱਸਿਆ ਹੱਲ ਜਲਦੀ ਜਲਦੀ ਕੀਤਾ ਜਾਵੇ, ਪਾਣੀ ਦੀ ਸਮੱਸਿਆ ਹੈਗੀ ਜ਼ਿਆਦਾ ਹੈਗੀ।